ਲੇਡੀ ਸਿੰਘਮ ਕਹੀ ਜਾਨ ਵਾਲੀ ਡੀਐਸਪੀ ਨਾਲ ਹੋਇਆ ਵੱਡਾ ਧੋਖਾ ਡੀਐਸਪੀ ਨੂੰ ਲੁੱਟਿਆ ਗਿਆ ਨਕਲੀ ਆਈਐਸ ਅਧਿਕਾਰੀ ਬਣ ਕੇ ਡੀਐਸਪੀ ਦੇ ਨਾਲ ਕਰਵਾਇਆ ਵਿਆਹ ਦੱਸਿਏ ਕਿ ਆਪਣੇ ਇਲਾਕੇ ਦੇ ਵਿੱਚ ਲੇਡੀ ਸਿੰਘਮ ਇੰਕਾਊਂਟਰ ਸਪੈਸ਼ਲਿਸਟ ਨਾਮ ਨਾਲ ਮਸ਼ਹੂਰ ਡੀਐਸਪੀ ਦੇ ਨਾਲ ਲੁੱਟ ਖੋਈ ਹੈ ਡੀਐਸਪੀ ਨੂੰ ਠੱਗਿਆ ਗਿਆ ਧੋਖਾ ਕੀਤਾ ਗਿਆ ਹੈ ਨਕਲੀ ਆਈਐਸ ਅਧਿਕਾਰੀ ਬਣ ਕੇ ਉਸ ਨਾਲ ਵਿਆਹ ਕਰਵਾਇਆ ਜਾਂਦਾ ਵਿਆਹ ਤੋਂ ਮਹਿਜ਼ ਕੁਝ ਦਿਨਾਂ ਬਾਅਦ ਪੋਲਾ ਖੁੱਲ ਜਾਂਦੀ ਹੈ ਪਤਾ ਚੱਲਦਾ ਹੈ ਕਿ ਸਖਸ਼ ਕੋਈ ਆਈਐਸ ਅਧਿਕਾਰੀ ਨਹੀਂ ਸਗੋ ਠੱਗ ਹੈ ਮੈਟ੍ਰਿਮੋਨੀਅਲ ਸਾਈਟ ਤੇ ਡੀਐਸਪੀ ਦੇ ਨਾਲ ਵਿਆਹ ਦੇ ਵੱਡੇ ਵਾਅਦੇ ਕਰਨ ਤੋਂ ਬਾਅਦ ਬਕਾਇਦਾ ਵਿਆਹ ਵੀ ਕਰਵਾਇਆ ਜਾਂਦਾ ਹੈ ਵਿਆਹ ਕਰਵਾਣ ਤੋਂ ਬਾਅਦ ਡੀਐਸਪੀ ਨੂੰ ਪਤਾ ਚੱਲਦਾ ਹੈ ਕਿ ਜਿਸ ਸਖਸ਼ ਨੂੰ ਉਹ ਆਪਣਾ ਪਤੀ ਸਮਝ ਰਹੀ ਹੈ ਜਿਸ ਸਖਸ਼ ਨੂੰ ਉਹ ਆਈਐਸ ਕਾਰੀ ਸਮਝ ਰਹੀ ਹੈ ਉਸ ਸਖਸ਼ ਅਸਲ ਦੇ ਵਿੱਚ ਜਿਹੜਾ ਹੈ ਉਹ ਠੱਗ ਨਿਕਲਦਾ ਹੈ ਤੇ ਹੁਣ ਡੀਐਸਪੀ ਨੇ ਉਸ ਤੋਂ ਤਲਾਕ ਲੈ ਰਿਹਾ ਹੈ ਲੇਡੀ ਸਿੰਘਮ ਦੇ ਨਾਮ ਨਾਲ ਇਹ ਮਸ਼ਹੂਰ ਹੈ ਡੀਐਸਪੀ ਪਰ ਹੁਣ ਡੀਐਸਪੀ ਖੁਦ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਆਪਣੇ ਪਤੀ ਦੇ ਖਿਲਾਫ ਦਿੰਦੀ ਹੈ ਤਾਂ ਦੱਸिए ਮਾਮਲਾ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਜਿੱਥੇ ਲੇਡੀ ਸਿੰਘਮ ਕਹੀ ਜਾਣ ਵਾਲੀ ਡੀਐਸਪੀ ਸ਼੍ਰੇਸ਼ਟਾ ਜਿਹੜੇ ਨੇ ਉਹ ਧੋਖਾ ਧੜੀ ਦਾ ਸ਼ਿਕਾਰ ਹੋ ਗਏ ਯੂਪੀ ਦੇ ਵਿੱਚ ਤਾਇਨਾਤ ਇੱਕ ਮਹਿਲਾ ਡੀਐਸਪੀ ਸ਼੍ਰੇਸ਼ਟਾ ਠਾਕੁਰ ਜਿਨ੍ਹਾਂ ਦੇ ਬੈਚ 2112 ਦੇ ਵਿੱਚ ਆਈਪੀਐਸ ਦੀ ਪ੍ਰੀਖਿਆ ਪਾਸ ਕੀਤੀ ਸੀ ਉਹ ਮੈਟ੍ਰਿਮੋਨੀਅਲ ਫਰਜੀ ਵਾਲੇ ਦਾ ਸ਼ਿਕਾਰ ਹੋ ਜਾਂਦੀ ਹੈ ਉਹਨਾਂ ਦੇ ਨਾਲ ਧੋਖਾ ਹੁੰਦਾ ਹੈ ਇੱਕ ਫਰਜੀ ਆਈਐਸ ਅਧਿਕਾਰੀ ਬਣ ਕੇ ਵਿਆਹ ਕੀਤਾ ਜਾਂਦਾ ਹੈ ਤੇ ਲੱਖਾਂ ਰੁਪਏ ਠੱਗੇ ਜਾਂਦੇ ਨੇ ਤੇ ਹੁਣ ਇਸ ਮਾਮਲੇ ਦਾ ਜਦੋਂ ਪਤਾ ਚੱਲਦਾ ਹੈ ਡੀਐਸਪੀ ਦੇ ਵੱਲੋਂ ਉਸ ਤੋਂ ਤਲਾਕ ਤਾਂ ਲਿਆ ਹੀ ਜਾਂਦਾ ਹੈ ਪਰ ਉਸ ਤੋਂ ਬਾਅਦ ਹੀ ਡੀਐਸਪੀ ਜੀਆਂ ਮੁਸ਼ਕਿਲਾਂ ਇਸ ਸਖਸ਼ ਨੇ ਹੋਰ ਵਧਾ ਦਿੱਤੀਆਂ ਹੈ ਦਰਅਸਲ ਜਿਸ ਵਿਅਕਤੀ ਦੇ ਨਾਲ ਡੀਐਸਪੀ ਨੇ ਵਿਆਹ ਕਰਵਾਇਆ ਸੀ ਉਸਦੀ ਮੁਲਾਕਾਤ ਮੈਟ੍ਰਿਮੋਨੀਅਲ ਸਾਈਟ ਦੇ ਜ਼ਰੀਏ ਹੁੰਦੀ ਹੈ ਰੋਹਿਤ ਰਾਜ ਨਾਮ ਦਾ ਇੱਕ ਵਿਅਕਤੀ ਆਪਣੇ ਆਪ ਨੂੰ ਆਈਐਸ ਅਧਿਕਾਰੀ ਦੱਸਦਾ ਹੈ ਕਿ Ranchi ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਉਹ ਤਾਇਨਾਤ ਹੈ 2018 ਦੇ ਵਿੱਚ ਦੋਨਾਂ ਦੇ ਵੱਲੋਂ ਵਿਆਹ ਕੀਤਾ ਜਾਂਦਾ ਇਸ ਤੋਂ ਬਾਅਦ ਸ੍ਰਿਸ਼ਟਾ ਨੂੰ ਪਤਾ ਚੱਲਦਾ ਹੈ ਕਿ ਰੋਹਿਤ ਕੋਈ ਵੀ ਆਈਐਸ ਅਧਿਕਾਰੀ ਨਹੀਂ ਹੈ ਉਸ ਤੋਂ ਬਾਅਦ ਸ਼੍ਰੇਸ਼ਟਾ ਨੇ ਤਲਾਕ ਲੈ ਲਿਆ ਲੇਕਿਨ ਰੋਹਿਤ ਰਾਜ ਆਪਣੀ ਸਾਬਕਾ ਪਤਨੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗ ਰਿਹਾ ਸੀ ਇਸ ਤੋਂ ਤੰਗ ਆ ਕੇ ਡਿਪਟੀ ਨੇ ਹੁਣ ਗਾਜ਼ੀਆਬਾਦ ਦੇ ਵਿੱਚ ਜਾ ਕੇ ਥਾਣੇ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਵਾਇਆ ਹੈ ਉੱਥੇ ਹੀ ਉੱਤਰ ਪ੍ਰਦੇਸ਼ ਦੀ ਲੇਡੀ ਸਿੰਗਮ ਦੇ ਨਾਲ ਵੀ ਸ਼੍ਰੇਸ਼ਟਾ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈ ਇੰਕਾਊਂਟਰ ਸਪੈਸ਼ਲਿਸਟ ਉਹਨਾਂ ਨੂੰ ਕਿਹਾ ਜਾਂਦਾ ਹੈ ਲੋਕ ਉਹਨਾਂ ਦੇ ਨਾਮ ਤੋਂ ਕਾਫੀ ਜ਼ਿਆਦਾ ਡਰਦੇ ਅ ਜਿੱਥੋਂ ਲਾਈਨ ਸ਼ੁਰੂ ਹੁੰਦੀ ਹੈ ਉੱਥੇ ਜਿੱਥੇ ਉਹ ਖੜ ਜਾਂਦੇ ਨੇ ਉੱਥੋਂ ਹੀ ਲੋਕਾਂ ਦਾ ਡਰਨਾ ਸ਼ੁਰੂ ਹੋ ਜਾਂਦਾ ਪਰ ਐਨੀਬਡੀ ਪੋਸਟ ਦੇ ਉੱਤੇ ਇਹ ਮਹਿਲਾ ਡੀਐਸਪੀ ਲੇਡੀ ਸਿੰਘਮ ਨੂੰ ਉਹਨਾਂ ਨੂੰ ਕਿਹਾ ਜਾਂਦਾ ਇੰਕਾਊਂਟਰ ਸਪੈਸ਼ਲਿਸਟ ਹੈ ਪਰ ਮੈਟ੍ਰਿਮੋਨੀਅਲ ਸਾਈਟ ਤੇ ਇਹ ਵੱਡੇ ਫਰਜੀ ਵੜੀ ਦੇ ਤੋਖਾ ਤੜੀ ਦਾ ਸ਼ਿਕਾਰ ਹੋ ਜਾਂਦੀ ਹੈ ਜਿੱਥੇ ਫਰਜ਼ਾਵਾੜੀ ਕਰਦੇ ਬਹੁਤ ਜ਼ਿਆਦਾ ਲੋਕ ਨੇ ਆਪਣੀਆਂ ਗਲਤ ਆਈਡੀਆ ਦੱਸ ਕੇ ਲੋਕਾਂ ਨੂੰ ਠੱਗਦੇ ਨੇ ਉੱਥੇ ਹੀ ਆਪਣੀ ਗਲਤ ਪ੍ਰੋਫਾਈਲ ਸ਼ੋਅ ਕਰਦੇ ਨੇ ਲੋਕ ਹੁੰਦੇ ਕੁਝ ਹੋਰ ਆ ਦਿਖਾਉਂਦੇ ਕੁਝ ਹੋਰ ਹੈ ਇਸੇ ਦੇ ਤਹਿਤ ਡੀਐਸਪੀ ਦੇ ਨਾਲ ਵਿਆਹ ਦੇ ਲਾਰੇ ਲਗਾਏ ਜਾਂਦੇ ਨੇ ਨਕਲੀ ਆਈਐਸ ਅਧਿਕਾਰੀ ਬਣ ਕੇ ਡੀਐਸਪੀ ਤੋਂ ਲੱਖਾਂ ਰੁਪਏ ਠੱਗੇ ਜਾਂਦੇ ਨੇ ਤੇ ਨਾਲ ਹੀ ਕਿਹਾ ਜਾਂਦਾ ਹੈ ਕਿ ਮੈਂ ਆਈਐਸ ਅਧਿਕਾਰੀ ਹਾਂ Ranchi ਦੇ ਵਿੱਚ ਮੇਰੀ ਡਿਊਟੀ ਹੈ 2008 ਦੇ ਵਿੱਚ ਮੈਂ ਆਪਣਾ ਐਗਜ਼ਾਮ ਯੂਪੀਐਸਸੀ ਦਾ ਕਲੀਅਰ ਕੀਤਾ ਸੀ ਟ੍ਰੇਨਿੰਗ ਹੁੰਦੀ ਹੈ ਰਾਂਚੀ ਦੇ ਵਿੱਚ ਮੇਰੀ ਡਿਊਟੀ ਹੁੰਦੀ ਹੈ ਇਸ ਵਿਅਕਤੀ ਦੇ ਉੱਤੇ ਯਕੀਨ ਕਰਨ ਤੋਂ ਬਾਅਦ ਵਕਾਇਦਾ ਡੀਐਸਪੀ ਦੇ ਵੱਲੋਂ ਵਿਆਹ ਵੀ ਕਰਵਾਇਆ ਜਾਂਦਾ ਪਰ ਜਿਵੇਂ ਹੀ ਵਿਆਹ ਹੁੰਦਾ ਉਸਦੇ ਕੁਝ ਦਿਨਾਂ ਬਾਅਦ ਇਹ ਪੋਲ ਖੁੱਲ ਜਾਂਦੀ ਹੈ ਪੋਲ ਖੁੱਲਣ ਤੋਂ ਬਾਅਦ ਡੀਐਸਪੀ ਦੇ ਵੱਲੋਂ ਤਲਾਕ ਤਾਂ ਲੈ ਲਿਆ ਜਾਂਦਾ ਪਰ ਮੁਸ਼ਕਿਲ ਆ ਉਸ ਵੇਲੇ ਵੱਧ ਜਾਂਦੀਆਂ ਨੇ ਜਦੋਂ ਇਹ ਸਖਸ਼ ਡੀਐਸਪੀ ਤੋਂ ਜਿਹੜਾ ਹੈ ਉਸਦੇ ਨਾਮ ਤੋਂ ਠਗੀ ਕਰਦਾ ਹੈ ਲੋਕਾਂ ਦੇ ਨਾਲ ਪੋਲੇ ਪਾਲੇ ਲੋਕਾਂ ਨੂੰ ਲੁੱਟਦਾ ਹੈ ਤੇ ਨਾਮ ਡੀਐਸਪੀ ਦਾ ਲਗਾ ਦਿੰਦਾ ਹੈ ਹੁਣ ਲੇਡੀਜ਼ ਸਿੰਗਮ ਥਾਣੇ ਪਹੁੰਚਦੀਆਂ ਉਹਨਾਂ ਦੇ ਵੱਲੋਂ ਬਕਾਇਦਾ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਦਰਜ ਕੀਤੀ ਜਾਂਦੀ ਹੈ ਕਿਆ ਜਾਂਦਾ ਹੈ ਕਿ ਮੇਰਾ ਇਹ ਪਤੀ ਜਿਹੜਾ ਸਾਫਕਾ ਪਤੀ ਹੈ ਇਸ ਨਾਲ ਹੁਣ ਕੋਈ ਸੰਬੰਧ ਨਹੀਂ ਹੈ ਇਹ ਲੋਕਾਂ ਨੂੰ ਮੇਰੇ ਨਾਮ ਨਾਲ ਠੱਗਦਾ ਹੈ ਮੈਂ ਇਸ ਤੋਂ ਬਹੁਤ ਪਰੇਸ਼ਾਨ ਹਾਂ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੇਰੇ ਨਾਮ ਤੋਂ ਕੋਈ ਵੀ ਵਿਅਕਤੀ ਪੈਸੇ ਲੈਣ ਆਵੇ ਤਾਂ ਮੇਰਾ ਉਸ ਨਾਲ ਕੋਈ ਵੀ ਵਾਅਦਾ ਨਹੀਂ ਹੈ ਇਹ ਵਿਅਕਤੀ ਮੈਨੂੰ ਮੈਟ੍ਰਿਮੋਨੀਅਲ ਸਾਈਟ ਤੇ ਉੱਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਇਸ ਨੇ ਮੈਨੂੰ ਖੁਦ ਨੂੰ ਲੁੱਟਿਆ ਹੈ ਇਸ ਨੇ ਮੈਨੂੰ ਖੁਦ ਝੂਠ ਕਹਿ ਕੇ ਵਿਆਹ ਕੀਤਾ ਹੈ ਵਿਆਹ ਤੋਂ ਬਾਅਦ ਮੈਨੂੰ ਇਸ ਦੀ ਪੂਲ ਪਤਾ ਚੱਲਦੀ ਹੈ ਇਸੇ ਮੈਨੂੰ ਕਿਹਾ ਸੀ ਕਿ ਮੈਂ ਰਾਂਚੀ ਦੇ ਵਿੱਚ ਆਈਐਸ ਅਧਿਕਾਰੀ ਦੇ ਅਹੁਦੇ ਦੇ ਉੱਤੇ ਹੈ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਮੈਨੂੰ ਇਸ ਦੀ ਪੂਲ ਦਾ ਪਤਾ ਚੱਲ ਜਾਂਦਾ ਹੈ ਜਿਸ ਤੋਂ ਬਾਅਦ ਮੈਂ ਇਸ ਤੋਂ ਵਿਆਹ ਲੈ ਲਿਆ ਪਰ ਹਲਕਤਾ ਤੋਂ ਇਹ ਅਜੇ ਵੀ ਬਾਤ ਚੱਈ ਜਾਂਦਾ ਹੈ ਤੇ ਲੋਕਾਂ ਨੂੰ ਠੱਗ ਰਿਹਾ ਹੈ ਪਰ ਮੇਰਾ ਇਸ ਸਖਸ਼ ਦੇ ਨਾਲ ਕੋਈ ਵੀ ਵਾ ਵਾਸਤਾ ਨਹੀਂ ਹੈ ਜੇਕਰ ਮੇਰੇ ਨਾਲ ਤੋਂ ਕੋਈ ਵੀ ਵਿਅਕਤੀ ਪੈਸੇ ਲੈਣ ਆਂਦਾ ਹੈ ਤਾਂ ਉਹ ਉਸ ਨੂੰ ਪੈਸੇ ਨਾ ਦੇਵੇ ਜਾਂ ਮੇਰੇ ਨਾਮ ਤੇ ਕੋਈ ਵੀ ਕੰਮ ਨਾ ਕਰੇ ਤਾਂ ਲੇਡੀ ਸਿੰਘਮ ਕਹੀ ਜਾਣ ਵਾਲੀ ਆਈਏਐਸ ਅਧਿਕਾਰੀ ਹੁਣ ਬਹੁਤ ਜ਼ਿਆਦਾ ਦਿੱਕਤਾਂ ਦੇ ਵਿੱਚ ਹੈ ਤੇ ਉਹਨਾਂ ਦੇ ਵੱਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਖਸ਼ ਦੇ ਨਾਲ ਮੇਰਾ ਵੀ ਕੋਈ ਵੀ ਵਾਅਦਾ ਨਹੀਂ ਹੈ ਇਸ ਸਪੂਨੇ ਮਾਮਲੇ ਦੇ ਵਿੱਚ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ